ਜਹਾਂਗੀਰ ਇੱਥੇ ਆਇਆ ਸੀ ਨਾ, ਉਹਨੇ ਆਤੇ ਚੱਲੇ ਮਾਮਾ ਬਾਹਰ ਨਿਕਲ। ਅੱਛਾ ਯਾਰ ਚਲਾ ਜਾਣਾ, ਕੀ ਹੋ ਗਿਆ ਹਲੇ ਬੋਲ, ਕੀ ਹੋ ਗਿਆ ਮਹਿਮਾਨ ਹੈ ਤੁਹਾਡੇ। हाय, लाहौर से ठीक कुछ फासले पे एक ऐसा अजूबा भी मौजूद है जहां एक बादशाह ने अपनी मोहब्बत के लिए मीनार बनवा लिया, मगर ये मोहब्बत किसी इंसान के लिए नहीं थी बल्कि एक हिरन के लिए थी। यार ये प्रोमो देख के तो मैं आवाज़ हो चुका हूँ, आप लोग कैसे बर्दाश्त कर रहे हैं? स्किप करो यार। लाहौर से कुछ 40 किलोमीटर दूर शहर शेखुपुरा, जहाँ हर कोई गाता बसता है, वहीं पे एक अजीम मीनार भी बसता है। मित्रा ते सजना ते भैणा ते भाइयां, तुहाडे सामने ते तुहाडे कोल आ गया बहरूपिया सिंह, तुहाडे वास्ते अज बहुत ही जायकेदार ते मजेदार व्लॉग लेके। तुहानू अज बहरूपिया सिंह विखाएगा हिरन मीनार। आ बल्ले बल्ले। हिरन मीनार 17वीं सदी में मुगल हुकूमत में जहांगीर ने बनवाया था। जहांगीर को जानवरों से बहुत लगाव था, इसलिए अपने पसंदीदा हिरन के मरने के बाद यह मकबरे का हुक्म दे डाला। इस वक्त है मीनार ताड़ा बंद। ऐ मैंने भी नहीं पता सी, लेकिन होने ऐ मीनार है ते पीछे जो तुसी जगह देख रहे हो ना, ऐ जगह आ रही है, ऐ ओही है। ओ जिते रात नु जहांगीर साहब अपना होंडा 70 खिलांदे सी। ਮੇਰੇ ਲੋਕਾਂ ਪਹਿਲਾਂ ਨੂੰ ਇਹ ਪਤਾ ਨਹੀਂ ਕਿ ਅਸਲ ਵਿੱਚ ਹਿਰਨ ਮੀਨਾਰ ਇਹ ਮੀਨਾਰ ਹੈ, ਉਹ ਜਿਹੜਾ ਟੀਵੀ 'ਚ ਆਉਂਦਾ ਉਹ ਨਹੀਂ ਹੈ, ਉਹ ਅਸਲੀ ਜਹਾਂਗੀਰ ਦਾ ਇੱਥੇ ਸ਼ਿਕਾਰ ਵਾਸਤੇ ਮੋਨੂਮੈਂਟ ਹੈ, ਅਸਲ ਮੀਨਾਰ ਇਹ ਬਾਤ ਜਾਣਦੇ ਮੈਨੂੰ ਇੰਨੀ ਖੁਸ਼ੀ ਹੋਈ ਕਿ ਮੈਂ ਤਾਂ ਹਮਾਇਓ ਸਈਦ ਦੀ ਤਰ੍ਹਾਂ ਆਪਣੇ ਜਜ਼ਬਾਤ 'ਤੇ ਕਾਬੂ ਰੱਖ ਲਿਆ, ਪਰ ਮੇਰੇ ਅੰਦਰ ਦੀ ਮਹਿਵਿਸ਼ਿਆਤ ਉਹ ਨੱਚਦੀ ਰਹੀ। ਇੱਕ ਬਾਤ ਸਮਝ ਨਹੀਂ ਆ ਰਹੀ, ਜਹਾਂਗੀਰ ਸਾਹਿਬ ਨੇ ਹਿਰਨ ਵਾਸਤੇ ਮੀਨਾਰ ਤੇ ਬਣਾ ਦਿਆ ਤੇ ਨਾਲੇ ਆਪਣੇ ਆਰਕੀਟੈਕਟਾਂ ਨੂੰ ਕਹਿ ਦਿੱਤਾ ਕਿ ਬਈ ਹਿਰਨ ਦੀ ਸ਼ਕਲ ਦਾ ਮੀਨਾਰ ਬਣਾ ਜਾਈਏ, ਪਰ ਆਰਕੀਟੈਕਟ ਵਾਲੇ ਨੇ ਤੇ ਇਹ ਗੋਲਡ ਦੀ ਸ਼ਕਲ ਦਾ ਬਣਾ ਦਿੱਤਾ ਹੈ, ਇਹ ਕੀ ਮਾਜਰਾ ਜੀ? ਬੇਟਾ ਇਹ ਤੁਹਾਡੇ ਕੱਪੜੋਂ ਕੇ ਨੀਚੇ ਸੇ ਸਿਗਰਟ ਕੀ ਡੱਬੀ ਮਿਲੀ ਹੈ। ਮੈਂ ਬਸ ਜੀ ਇੱਕ ਗੱਲ ਕਹੂੰਗਾ ਜੀ ਕਿ ਅਸੀਂ ਸਾਰੇ ਕਹਿੰਦੇ ਰਹਿੰਦੇ ਹਾਂ ਕਿ ਜੀ ਇਹ ਸਾਡੇ ਮੁਲਕ ਇਹ ਸਕਾਫਤੀ ਵਿਰਸੇ ਦਾ ਖਿਆਲ ਨਹੀਂ ਰੱਖਿਆ ਜਾਂਦਾ, ਇਹ ਕੁਛ ਕੰਮ ਨਹੀਂ ਆਉਂਦਾ। ਉਹ ਤੁਸੀਂ ਆਓਗੇ, ਟਿਕਟ ਖਰਚੋਗੇ ਤਾਂ ਕੁਝ ਗਵਰਨਮੈਂਟ ਤੋਂ ਪੈਸੇ ਮਿਲਣਗੇ, ਤਾਂ ਉਹ ਇੱਥੇ ਕੁਝ ਕਰੇਗੀ ਨਾ। ਇੱਥੇ ਆਓ ਜੀ, ਬੜੀ ਖੂਬਸੂਰਤ ਜਗ੍ਹਾ ਹੈ। ਹੁਣ ਤੁਹਾਡਾ ਭਾਈ ਇੱਥੇ ਬੋਟਿੰਗ ਕਰ ਰਿਹਾ ਜੀ, ਪਿੱਛੇ ਦਾ ਵਿਊ ਵੇਖੋ। ਆਹਾਹਾ, ਬੋਟਿੰਗ ਕਰਦੇ ਹੋਏ ਪਾਣੀ 'ਚ ਦੋ ਮੱਛੀਆਂ ਬਾਹਰ ਆ ਕੇ ਕਹਿਣ ਲੱਗੀ ਕਿ ਸਰਦਾਰ ਜੀ ਪਾਣੀ ਵਿੱਚ ਹੱਥ ਨਾ ਡਾਲੋ, ਤੁਸੀਂ ਪਾਣੀ ਦਾ ਜ਼ਾਇਕਾ ਖਰਾਬ ਕਰ ਰਹੇ ਹੋ। ਵੈਸੇ ਜੀ ਇਹ ਆਪਸ ਦੀ ਗੱਲ ਹੈ, ਇਹ ਮੁਗਲਾਂ ਦਾ ਹੀ ਦਿਲ ਸੀ ਜੇ ਹਿਰਨ ਵਾਸਤੇ ਮੀਨਾਰ ਬਣਾ ਦਿੱਤਾ। ਬਹਿਰੂਪਿਆ ਸਿੰਘ ਤੇ ਕੋਲ ਹੁੰਦਾ ਹਿਰਨ ਤੇ ਮੈਂ ਤੇ ਉਹਦਾ ਚਿਕਨ ਰੋਸਟ ਬਣਾ ਕੇ ਖਾ ਜਾਣਾ, ਉਹ ਅਸੀਂ ਪੰਜਾਬੀਆਂ ਤੇ ਕੰਮ ਹੀ ਹੈ ਖਾਣਾ। ਜੀ ਮੋਨੂਮੈਂਟ ਹੈ ਬੇਸਿਕਲੀ, ਇਹ ਹਾਲੇ ਤੱਕ ਬੰਦ ਹੈ, ਮਾਰਚ 2017 ਤੋਂ ਹਾਲੇ ਤੱਕ ਇਹ ਬੰਦ ਹੈ, ਤੇ ਮੇਰੀ ਗੁਜ਼ਾਰਿਸ਼ ਹੈ ਜੀ ਇਹ ਮੁਲਕ ਦਾ ਸਾਡਾ ਨਕੀਨਾ ਹੈ, ਇਹ ਖੋਲੋ ਲੋਕਾਂ ਦੇ ਵਾਸਤੇ, ਅੰਦਰ ਲੋਕ ਜਾਣ ਦੇਖਣ, ਦੂਰ ਦੂਰ ਦੇ ਸਿਆਹ ਆਉਂਦੇ ਆ ਉਹ ਕਿ ਵੇਖਣ, ਇਹਨੂੰ ਬੜਾ ਖੁਸ਼ ਹੋ, ਬੜੇ ਬੱਲੇ ਬੱਲੇ ਕਰੇ ਜੀ। ਇੱਥੇ ਦਾ ਸਭ ਤੋਂ ਬੜਾ ਇਹੀ ਫੰਡਾ ਹੈ ਕਿ ਇੱਥੇ ਪਾਣੀ ਬਹੁਤ ਠੰਡਾ ਹੈ। ਦਰਵਾਜ਼ਾ ਖੋਲੋ ਨਾ ਬੇਟਾ, ਮੈਂ ਕੁਛ ਨਹੀਂ ਕਹੂੰਗਾ, ਖੋਲੋ। ਅੱਜ ਦੀ ਅੱਛੀ ਬਾਤ ਬਹਿਰੂਪਿਆ ਸਿੰਘ ਤੁਹਾਡੇ ਕੋਲੋਂ ਉਰਦੂ 'ਚ ਕਰੇਗਾ। ਦੇਖੋ ਜੀ ਮੈਂ ਬੜਾ ਦੇਖਿਆ ਕਿ ਜੀ ਹਮਾਰੇ ਮੁਲਕ 'ਚ ਨਾ ਥੋੜ੍ਹਾ ਜਿਹਾ ਮਾਈਨੋਰਿਟੀਜ਼ ਦਾ ਥੋੜ੍ਹਾ ਜਿਹਾ ਹੁੰਦਾ ਹੈ ਕਿ ਇਹ ਗਲਾਸ ਸਾਈਡ 'ਤੇ ਕਰ ਦਿਓ, ਇਹ ਫਲਾਨਾ ਇਹ ਪਲੇਟ ਸਾਈਡ 'ਤੇ ਕਰ ਦਿਓ। ਉਹ ਜੀ ਸਭ ਮਜ਼ਹਬ ਇੱਕ ਹੀ ਹੈ ਜੀ, ਸਭ ਪਿਆਰ ਨੂੰ ਮੰਨਦੇ ਨੇ, ਸਭ ਇੱਕ ਹੀ ਰੱਬ ਨੂੰ ਮੰਨਦੇ ਆ, ਤੁਸੀਂ ਲੋਕ ਪਿਆਰ ਮੁਹੱਬਤ ਨਾਲ ਰਹੋ, ਬਿਲਕੁਲ ਇਹ ਨਾ ਕਰੋ ਜੀ, ਇਹ ਗਲਤ ਬਾਤ ਹੁੰਦੀ ਹੈ। ਦੂਸਰੀ ਬਾਤ ਇਹ ਹੈ ਕਿ ਜੀ ਆਪ ਕਿਸੀ ਇਨਸਾਨ ਕੋ ਨਾ ਜੱਜ ਨਾ ਕਰੇ ਉਸਕੇ ਕਾਮੋਂ ਕੀ ਵਜ੍ਹਾ ਸੇ ਜਾਂ ਉਸਕੇ ਜੋ ਨਜ਼ਰ ਆਤਾ ਹੈ ਉਸ ਪੇ, ਡੋਂਟ ਜੱਜ ਆ ਬੁੱਕ ਫਰੋਮ ਇਟਸ ਕਵਰ। ਆਹੋ ਜੀ ਇਹ ਵਾਹਿਗੁਰੂ ਤੇ ਹੀ ਤੁਸੀਂ ਲੋਕ ਛੱਡ ਦਿਓ, ਪਿਆਰ ਮੁਹੱਬਤ ਨਾਲ ਰਹੋ, ਇੱਕ ਦੂਸਰੇ ਸੇ ਪਿਆਰ ਕਰੋ, ਮਿਲ ਬੈਠ ਕੇ ਰਹੋ। ਇਹ ਮੁਲਕ ਜੀ ਹਮਾਰਾ ਮੁਹੱਬਤੋਂ ਕਾ ਹੈ, ਮੁਹੱਬਤ ਬਾਂਟਤਾ ਹੈ ਇਸੀ ਚੀਜ਼ ਕੇ ਸਾਥ, ਇਸੀ ਬਾਤ ਕੇ ਸਾਥ। ਬਹਿਰੂਪਿਆ ਸਿੰਘ ਆਪ ਲੋਕ ਸੇ ਇਜਾਜ਼ਤ ਚਾਹਤਾ ਹੈ ਜੀ, ਵਾਹਿਗੁਰੂ ਦਾ 100, ਅੱਲਾ ਹਾਫਿਜ਼। इस मीनार को देख के हमें इंसान और जानवर की दोस्ती का एक गहरा सबूत मिलता है जो शायद अब दो इंसानों में भी नजर नहीं आता। दूसरी बात ऐ है कि जी वाह वाह ले